ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਤਹਿਤ ਫਿਰੋਜ਼ਪੁਰ ਵਿੱਚ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਸੰਬੰਧੀ ਸਰਟੀਫਿਕੇਟ ਅਤੇ ਜੋਬ ਕਾਰਡ ਵੀ ਵੰਡੇ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਅਤੇ SSP ਪ੍ਰੀਤਮ ਸਿੰਘ ਵੀ ਮੌਜੂਦ ਸਨ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਦੇ ਹਰ ਜ਼ਿਲ੍ਹੇ ਅਤੇ ਸਬ ਡਿਵੀਜ਼ਨ ਪੱਧਰ ਤੇ ਇਹ ਕੈਂਪ ਲਗਾਏ ਗਏ ਹਨ ਤਾਂ ਜੋ ਯੋਗ ਲਾਭਕਾਰੀਆਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲ ਸਕੇ। ਮੇਲਾ ਜਿਹੜਾ ਲੱਗਿਆ ਹੈ, ਇਹ ਕੈਪਟਨ ਅਮਰਿੰਦਰ ਸਿੰਘ ਜੀ ਦੀ ਦੇਣ ਹੈ। ਸਾਡੀ ਕਾਂਗਰਸ ਪਾਰਟੀ ਦੀ ਸਕੀਮ ਹੈ, ਸ਼੍ਰੀ ਰਾਹੁਲ ਗਾਂਧੀ ਦੀ, ਸ਼੍ਰੀਮਤੀ ਸੋਨੀਆ ਗਾਂਧੀ ਜੀ ਇਸ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਕੀਮ ਚਲਾਈ ਸੀ। ਇਸ ਸਕੀਮ ਦੇ ਵਿੱਚ ਇਹ ਹੈ ਕਿ ਅਸੀਂ ਮੈਨੀਫੈਸਟੋ 'ਚ ਵੀ ਦਿੱਤਾ ਸੀ, ਘਰ ਘਰ ਦੇ ਵਿੱਚ ਰੋਜ਼ਗਾਰ ਦਾਂਗੇ, ਹਰ ਘਰ ਦੇ ਵਿੱਚ ਅਸੀਂ ਜਾ ਕੇ ਨੌਕਰੀ ਦੇ ਰਹੇ ਹਾਂ। ਸਾਡਾ ਇਹ ਮਤ ਹੈਗਾ ਕਿ ਅਸੀਂ ਹਰ ਘਰ ਦੇ ਵਿੱਚ ਇੱਕ ਨੌਕਰੀ ਦੇਣੀ ਹੈ। ਉਹਦੇ ਨਾਲ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਲੋਕਾਂ ਦੀਆਂ ਪੈਨਸ਼ਨਾਂ ਨਹੀਂ ਲੱਗੀਆਂ, ਆਟਾ ਦਾਲ ਦੇ ਜਿਹੜੇ ਕਾਰਡ ਕੱਟੇ ਜਾਂਦੇ ਸੀ, ਉਹ ਸਾਰਿਆਂ ਦੇ ਘਰ ਜਾ ਕੇ ਬਣਾ ਰਹੇ ਹਾਂ। ਉਹਦੇ ਨਾਲ ਨਾਲ ਹੀ ਜਿਹੜੀਆਂ ਕੋਈ ਹੋਰ ਸਕੀਮਾਂ ਸਾਡੀਆਂ ਹੈਗੀਆਂ ਨੇ, ਪੈਨਸ਼ਨ ਸਕੀਮਾਂ ਨੇ, ਫਲੱਸ਼ਾਂ ਦੀਆਂ ਸਕੀਮਾਂ ਨੇ, ਕੱਚੇ ਮਕਾਨ ਨੇ, ਜਿੱਥੇ ਸਾਡੇ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਸੀ, ਟਾਈਮ ਖਰਾਬ ਕਰਦੇ ਸੀ। ਅਸੀਂ ਘਰ ਘਰ ਜਾ ਕੇ, ਸਰਕਾਰ ਇਹਨਾਂ ਦੇ ਦੁਆਰ 'ਤੇ ਆਈ ਹੈ ਕਿ ਅਸੀਂ ਜਿਹੜਾ ਹਰ ਪਿੰਡ ਜਿਹੜਾ, ਹਰ ਘਰ ਜਿਹੜਾ ਹੈਗਾ ਉਹਨੂੰ ਵਧੀਆ ਬਣਾਉਣਾ ਹੈ। ਇਹ ਕੈਪਟਨ ਅਮਰਿੰਦਰ ਸਿੰਘ ਜੀ ਦੀ ਸੋਚ ਹੈ। ਉਸ ਸੋਚ ਦੇ ਮੁਤਾਬਕ ਅੱਜ ਸਾਡਾ ਚੌਥਾ ਕੈਂਪ ਹੈ, ਜਿਹਦੇ ਵਿੱਚ ਅਸੀਂ ਤਕਰੀਬਨ ਸਾਡੀ ਕੌਂਸਟੀਚੁਐਂਸੀ ਫਿਰੋਜ਼ਪੁਰ ਸਿਟੀ ਦੇ ਵਿੱਚੋਂ 1100 ਬੱਚਿਆਂ ਨੂੰ ਨੌਕਰੀ ਦੇ ਚੁੱਕੇ ਹੈ। ਹੁਣ ਇੱਕ ਬੀਬੀ ਆਈ ਸੀਗੀ, ਉਹ ਕਹਿੰਦੀ ਕਿ ਮੇਰਾ ਬੇਟਾ ਜਿਹੜਾ 14ਵੀਂ 15ਵੀਂ ਪੜ੍ਹਿਆ। ਮੈਂ ਉਹ ਬੀਬੀ ਨੂੰ ਵੀ ਇਹ ਕਿਹਾ ਕਿ ਬੀਬੀ ਅਸੀਂ ਤਾਂ ਲੱਭਦੇ ਫਿਰਦੇ, ਤੂੰ ਲਿਆ ਸਹੀ, ਆ ਹੁਣ ਲਿਆਏਂਗੇ, ਸ਼ਾਮ ਨੂੰ ਉਹਨੂੰ ਨੌਕਰੀ ਦਵਾ ਦਾਂਗੇ।